दोस्तों मैं अमरजोत सिंह बोल रहा हूँ। इस वक्त दोपहर के 12:30 बज रहे हैं। दिन है अपना अगस्त 20 तारीख का। बरखा चल रही है दिल्ली, मानसून पूरे जोरों पे है। मेरे नाल जुड़े हुए हैं गगन सिद्धू, जो रिसेंटली इंटरव्यू के बाद वीज़ा लेकर आए हुए हैं। वीज़ा सक्सेस हो गया है या इन्हों का पासपोर्ट रिक्वेस्ट आई है, आप पता करते हैं किहो जहा इंटरव्यू रहा, इन्हों का की कुछ पूछा, किस तरह होया। गगन मेरी आवाज़ आ रही प्रॉपर? मैरिज पुरानी है, रिसेंटली मैरिज हुई है? 2021 हुई थी मैरिज, जनवरी। थोड़ा वॉल्यूम वॉल्यूम थोड़ा लो है, थोड़ी वॉल्यूम ना थोड़ा ऊंचा बोलो यार, नेड़े आ जाओ। 2021 हुई थी मैरिज, 1.5 साल हो गए मैरिज। आवाज मेनू प्रॉपर नहीं आ रही गगन, की कह रहे हो? 2021 हुई थी मैं कह मैरिज। 2021 विच मैरिज हुई है, ते फिर मैरिज दे बाद मतलब तुहाडी वाइफ कैनेडा तो आई सी मैरिज कराने लई या इत्थे ही तुसी रह रहे सी मैरिज दे बाद? किन्ना चिर तो वाकिफ सन, किस तरह मतलब की तुहाडे जिहड़ा लव लव रिलेशनशिप किन्ना पुराना चल रहा सी? 4-5 साल पुराना चल रहा। 4 या 5 साल पुराना? ठीक है। ओके गुड। ਤੇ ਮੈਰਿਜ ਦੇ ਬਾਅਦ ਕਿੰਨਾ ਚਿਰ ਤੁਸੀਂ ਰਹੇ ਹੋ ਇਕੱਠੇ ਫਿਰ ਹਸਬੈਂਡ ਵਾਈਫ, ਕੇ ਇਕਦਮ ਚਲੇ ਗਈ ਵਾਪਸ? ਨਹੀਂ ਨਹੀਂ ਅਸੀਂ ਰਹੇ ਸੀਗੇ ਜੀ, ਅਸੀਂ 3 ਮਹੀਨੇ ਰਹੇ ਆ ਇਕੱਠੇ ਮੈਰਿਜ ਤੋਂ ਬਾਅਦ। ਆਮ ਸੌਰੀ ਅਮਨ, 3 ਮਹੀਨੇ? ਹਾਂਜੀ 3 ਮਹੀਨੇ। ਓ ਗੁੱਡ ਗੁੱਡ, ਠੀਕ ਹੈ। ਫਿਰ ਦੱਸੋ, ਫਿਰ ਮੈਰਿਜ ਇੰਟਰਵਿਊ ਵਿੱਚ ਕੀ ਕੁਛ ਹੋਇਆ, ਕਿਸ ਤਰ੍ਹਾਂ ਹੋਇਆ? ਵੀਜ਼ਾ ਅਫਸਰ ਕਿਹੜੇ ਕਿਹੜੇ ਸਵਾਲ ਪੁੱਛਣ ਲੱਗੇ ਤੁਹਾਨੂੰ? ਇੰਟਰਵਿਊ ਸਰ, ਉਹਨਾਂ ਨੇ ਜਦੋਂ ਸਟਾਰਟ ਹੋਈ ਇੰਟਰਵਿਊ, ਉਹ ਆਪਣਾ ਇੰਡੀਆ ਨਹੀਂ ਸੀਗਾ। आवाज तुहाडी बिलकुल स्लो है, बहुत स्लो आवाज है। पता नहीं कोई है तुहाडे वॉल्यूम सेटिंग है कुछ है या तुहाडी जिहड़ा आईपॉड टाइप कुछ है इसमें, पर आवाज अगर जे अगर इंक्रीज करना है तो कर सकते। इंक्रीज है सर, फुल इंक्रीज है आवाज। अच्छा सर, मैं उन्होंने दसन लग गया भी इदा रिलेशन स्टार्ट होया, साडा हसन से स्टार्ट होया सी रिलेशन, मैं उन्होंने दसन लग गया इदा। जिद्दां जिद्दां उन्होंने मैं दसदा गया सर, उदू बाद चो मैनूं कहंदे भी तुहाडे कोल प्रूफ हैगा, प्रूफ मांग रहे सी ओह। मैं कहा सर इन्ना पुराना प्रूफ मेरे कोल नहीं हैगा, तो कहंदे ठीक है ओके। फिर मैं फिर दसी गया, फिर वो मैनूं कहंदे एक दो गल्लां होर सी, वो कहंदे भी जिथे तुसीं मिले सी ਜਦੋਂ ਫਸਟ ਟਾਈਮ ਮਿਲੇ ਸੀ, ਕੋਈ ਉਹਦੀ ਫੋਟੋ ਹੈਗੀਆਂ ਨੇ ਪੁਰਾਣੀਆਂ ਵਿਆਹ ਤੋਂ ਪਹਿਲਾਂ, ਤੇ ਮੈਂ ਕਿਹਾ ਸਰ ਉਹ ਵੀ ਨਹੀਂ ਹੈਗੀਆਂ। ਤੇ ਜਿਹੜਾ ਮੈਂ ਇੰਟਰਪ੍ਰੇਟਰ ਕਰਿਆ ਸੀ ਸਰ, ਉਹਨਾਂ ਨੂੰ ਕਹਿੰਦੇ ਮੈਂ ਇਹਨੂੰ ਰਿਫਿਊਜ਼ ਕਰ ਦੇਣਾ ਗਾ, ਇਹਦੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਪੁਰਾਣਾ। ਅੱਛਾ, ਹਾਂਜੀ ਹਾਂਜੀ। ਤੇ ਮੈਂ ਫਿਰ ਸਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਤੁਸੀਂ ਰਿਜੈਕਟ ਕਰ ਦੋਗੇ ਓਕੇ, ਬਟ ਮੈਂ ਕੱਲ੍ਹ ਨੂੰ ਵੀ ਦੁਬਾਰੇ ਫਾਈਲ ਲਾਊਂਗਾ, ਤਾਂ ਮੈਂ ਪ੍ਰੂਫ ਤਾਂ ਮੈਂ ਫਿਰ ਵੀ ਨਹੀਂ ਦੇ ਸਕਦਾ, ਉਹ ਫਾਈਲ ਤਾਂ ਮੈਂ ਫਿਰ ਵੀ ਉੱਥੇ ਹੀ ਲਾਉਣੀ ਆ, ਆਪਣੇ ਕੋਲ ਬਣਾ ਕੇ ਵੀ ਨਹੀਂ ਦੇ ਸਕਦਾ। ਹਾਂਜੀ ਹਾਂ। ਤੇ ਦੈਨ ਫਿਰ ਉਹ ਪੁੱਛਣ ਲੱਗ ਗਏ, ਚਲੋ ਕਹਿੰਦੇ ਤੁਸੀਂ ਮੈਰਿਜ 'ਤੇ ਆ ਜਾਓ। ਪਰ ਉਸ ਤੋਂ ਬਾਅਦ ਮੈਰਿਜ 'ਤੇ ਆ ਗਏ, ਫਿਰ ਮੈਰਿਜ ਤੋਂ ਬਾਅਦ ਕਦੋਂ ਹੋਈ ਵੀ ਕਿੱਥੇ ਹੋਈ ਵੀ ਵਿਚੋਲਾ ਕੌਣ ਸੀ ਇੱਦਾਂ ਇੱਦਾਂ, ਜਿੱਦਾਂ ਸਰ ਤੁਸੀਂ ਇੰਟਰਵਿਊ 'ਚ ਕੁਸ਼ਚਨ ਪੁੱਛਦੇ ਹੁੰਦੇ ਹੋ, ਉਹ ਸਰ ਮੈਂ ਤੁਹਾਡੀਆਂ ਸਾਰੀਆਂ ਇੰਟਰਵਿਊ ਦੇਖੀਆਂ ਨੇ, ਬਹੁਤ ਹੈਲਪ ਕਰੀ ਆ ਸਰ ਤੁਹਾਡੀਆਂ ਇੰਟਰਵਿਊ ਵੀਡੀਓਜ਼ ਨੇ ਮੇਰੀ, ਪਹਿਲਾਂ ਤਾਂ ਬਹੁਤ ਬਹੁਤ ਥੈਂਕ ਯੂ ਸਰ ਤੁਹਾਡਾ। ਤੁਹਾਡੀ ਇੱਕ ਵੀਡੀਓ ਤੋਂ ਸਰ, ਜੇ ਆਪਾਂ ਮੰਨ ਲਓ ਤੁਹਾਡੀਆਂ 20 ਵੀਡੀਓਜ਼ ਦੇਖ ਰਹੇ ਹਾਂ, 20 ਵੀਡੀਓਜ਼ ਦੇ ਵਿੱਚੋਂ 5-5 ਕੁਐਸਚਨ ਆਪਾਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਮਿਲਦੇ ਆ ਤੁਹਾਡੀ ਹਰ ਇੱਕ ਵੀਡੀਓ ਦੇ ਵਿੱਚੋਂ, ਉਹ ਬਹੁਤ ਜ਼ਿਆਦਾ ਫਾਇਦਾ ਹੁੰਦਾ ਜੀ। ਹਾਂਜੀ ਹਾਂਜੀ, ਵੀਡੀਓ ਦੇ ਵਿੱਚੋਂ। ਤੇ ਹਾਂਜੀ, ਫਿਰ ਸਰ ਉਹ ਦੇਖਣ ਲੱਗ ਗਏ, ਇੱਦਾਂ ਫੋਟੋਆਂ ਦਿਖਾਓ ਮੈਨੂੰ, ਕਹਿੰਦੇ ਵੀ ਤੁਸੀਂ ਹਨੀਮੂਨ 'ਤੇ ਗਏ ਸੀ ਵਿਆਹ ਤੋਂ ਬਾਅਦ ਇੱਦਾਂ। ਹਾਂਜੀ, ਫਿਰ ਉਹ ਮੈਂ ਉਹਨਾਂ ਨੂੰ ਫੋਟੋਆਂ ਦਿਖਾਈਆਂ ਸਰ, ਹਾਂ ਉਹ ਕਹਿੰਦੇ ਫਿਰ ਠੀਕ ਆ, ਵੀ ਤੁਹਾਡੇ ਨਾਲ ਕੌਣ ਗਿਆ ਸੀ? ਮੈਂ ਕਿਹਾ ਮੇਰਾ ਫਰੈਂਡ ਆ ਇਹ। ਤੇ ਕਹਿੰਦੇ ਕਿਹਦਾ ਫਰੈਂਡ ਆ, ਤੇਰਾ ਫਰੈਂਡ ਆ ਜਾਂ ਤੇਰੀ ਵਾਈਫ ਦਾ ਫਰੈਂਡ ਆ ਜਾਂ ਕਿਵੇਂ ਆ? ਮੈਂ ਕਿਹਾ ਮੇਰਾ ਫਰੈਂਡ ਆ ਜੀ ਇਹ, ਇੱਦਾਂ ਇੱਦਾਂ। ਕਹਿੰਦੇ ਕਿੱਥੇ ਗਏ ਸੀ? ਕਹਿੰਦੇ ਇੱਧਰ ਮਨਾਲੀ ਸਾਈਡ ਗਏ ਸੀ।
ਕਿੰਨੇ ਦਿਨ ਰੁਕੇ ਸੀ? ਮੈਂ ਕਿਹਾ ਵੀ 3 ਦਿਨ ਰੁਕੇ ਸੀ ਸਰ, ਇੱਦਾਂ ਇੱਦਾਂ। ਅੱਛਾ, ਮੈਨੂੰ ਕਹਿੰਦਾ ਹੋਟਲ ਦਾ ਨਾਮ ਕੀ ਸੀ ਸਰ? ਮੈਂ ਹੋਟਲ ਦਾ ਨਾਮ ਦੱਸਤਾ, ਸਾਰਾ ਕੁਛ ਇੱਦਾਂ ਦੱਸੀ ਗਿਆ ਦੱਸੀ ਗਿਆ। ਤੇ ਸਰ ਫਿਰ ਉਹਨਾਂ ਨੇ ਇੱਕ ਸਵਾਲ ਪੁੱਛਿਆ ਮੈਨੂੰ ਵੀ ਤੇਰੀ ਵਾਈਫ ਦੇ ਮਾਮਾ ਕੀ ਕਰਦੇ ਆ ਉਧਰੋਂ, ਵਾਈਫ ਦੇ ਮਾਮਾ ਕੀ। ਤੇ ਸਰ ਉਹ ਫਿਰ ਮੈਂ ਦੱਸਤਾ ਸੀਗਾ ਇੱਦਾਂ ਇੱਦਾਂ ਵੀ ਠੀਕ ਆ, ਉਹ ਕਹਿੰਦੇ ਠੀਕ ਆ ਓਕੇ। ਸਰ ਉਹਨਾਂ ਨੇ ਇੱਕ ਗੱਲ ਹੋਰ ਪੁੱਛੀ, ਇੱਕ ਕੁਐਸਚਨ ਹੋਰ ਪੁੱਛਿਆ ਸੀ ਵੀ ਤੇਰੀ ਵਾਈਫ ਦੇ ਦੋਨੇ ਵੈਕਸੀਨ ਲੱਗੀਆਂ ਹੋਈਆਂ ਜਾਂ ਇੱਕ ਲੱਗੀ ਹੋਈ ਆ? ਮੇਰੇ ਉਹ ਯਾਦ ਸੀ, ਮੈਂ ਤੁੱਕਾ ਲਾਇਆ ਸੀ ਸਰ ਵੀ 2020 ਚ ਕੋਵਿਡ ਆਇਆ ਸੀ, 2020 ਚ ਲਵਾਇਆ ਸੀ ਉਹਨਾਂ ਨੇ ਵੈਕਸੀਨ ਤੇ ਦੋ ਲਗਾਈਆਂ ਸੀ। ਮੈਂ ਕਿਹਾ ਸਾਰੇ ਨੇ ਲਗਾਈਆਂ ਵੀ, ਉਦੋਂ ਬਾਅਦ ਕਹਿੰਦੇ ਉਹ ਕਿਹਦੇ ਨਾਲ ਗਏ ਸੀ ਵੈਕਸੀਨ ਲਵਾਉਣ, ਨਾਲ ਕੌਣ ਸੀ ਉਹਨਾਂ ਦੇ? ਮੈਂ ਕਿਹਾ ਉਹਨਾਂ ਦੀ ਫੈਮਿਲੀ ਮੈਂਬਰ ਆ ਉੱਥੇ ਨਾਲ ਰਹਿੰਦੇ ਆ। ਕਹਿੰਦੇ ਕਿੰਨੀ ਦੂਰ ਆ ਉਹਨਾਂ ਤੋਂ ਜਿਹੜੇ ਹੋਸਪਿਟਲ ਚ ਲਵਾਉਣ ਗਏ ਸੀ, ਉਹਨਾਂ ਦੇ ਘਰ ਤੋਂ ਕਿੰਨੀ ਦੂਰ ਆ? ਤੇ ਸਰ ਜਿਹੜੀ ਚੀਜ਼ ਮਤਲਬ ਸਰ ਮੈਨੂੰ ਪਤਾ ਨੀ ਸੀ ਉਹ ਮੈਂ ਮਤਲਬ ਜਵਾਬ ਨਹੀਂ ਦਿੰਦਾ ਸੀ, ਮੈਂ ਕਹਿ ਦਿੰਦਾ ਸੀਗਾ ਮੈਨੂੰ ਪਤਾ ਨੀ ਸੀ, ਆਪਦੇ ਕੋਲੋਂ ਬਣਾ ਕੇ ਦੱਸਣ ਤੋਂ ਵੀ ਮੈਂ ਜਵਾਬ ਹੀ ਦੇ ਦਿੰਦਾ ਸੀ ਸਰ ਵੀ ਮੈਨੂੰ ਪਤਾ ਨੀ ਜਾਂ ਮੈਂ ਭੁੱਲ ਗਿਆ ਇੱਦਾਂ ਕਹਿ ਦਿੰਦਾ ਸੀ। ਹਾਂਜੀ ਉਹ ਵੀ ਦੱਸਤਾ ਸਰ। ਹੋਰ ਬਾਕੀ ਉਹ ਨੋਰਮਲੀ ਕੁਐਸਚਨ ਪੁੱਛੇ ਸੀ ਸਰ ਉਹਨਾਂ ਨੇ, ਜਿੱਦਾਂ ਵੀ ਇੰਟਰਵਿਊ 'ਚ ਦੱਸਿਆ ਹੋਇਆ ਵੀ ਇੱਦਾਂ ਇੱਦਾਂ, ਨੋਰਮਲੀ ਕੁਐਸਚਨ ਹੀ ਪੁੱਛੇ ਸੀ। ਆ ਦੇਖੋ ਆ ਜਿਹੜੇ ਸਵਾਲ ਤੁਸੀਂ ਦੱਸੇ ਨਾ, ਜਿਵੇਂ ਕੋਵਿਡ ਦੀ ਦਵਾਈਆਂ ਕਿਹੜੀ ਲਾਈਆਂ ਤੁਸੀਂ, ਕਿਹਦੇ ਨਾਲ ਗਏ, ਕਿਸ ਤਰ੍ਹਾਂ, ਕਿੰਨੀ ਦੂਰ ਹੈ ਵਗੈਰਾ ਵਗੈਰਾ, ਨੋਰਮਲੀ ਜਿਹੜੇ ਹਸਬੈਂਡ ਵਾਈਫ ਸਪਾਊਸ ਵੀਜ਼ਾ ਦੇ ਅੰਦਰ ਕਈ ਵਾਰ ਚੈਟ ਆਪਣੀ ਚੈਟ ਮੈਸੇਜਿੰਗ ਦੁਆਰਾ ਸਬਮਿਟ ਕਰਦੇ ਹੋ ਕਿ ਵੀ ਚੈਟ ਸਾਡੇ ਕੋਲ ਜੀ 1000 ਪੇਜ ਹੈ ਚੈਟਿੰਗ ਦੀ ਤੁਸੀਂ ਵੇਖ ਲਓ। ਅੱਛਾ, ਫਿਰ ਕਈ ਵਾਰ ਵੀਜ਼ਾ ਆਫਿਸਰ ਸੋਚਦੇ ਕਿ ਵੀ ਤੁਸੀਂ ਆਪਸ 'ਚ ਕਮਿਊਨੀਕੇਸ਼ਨ ਕਿੱਦਾਂ ਕਰਦੇ ਹੋ, ਤੁਸੀਂ ਵਟਸਐਪ ਕਾਲ ਕਰਦੇ ਹੋ, ਕਿਸ ਤਰ੍ਹਾਂ ਕਰਦੇ ਹੋ? ਪਰ ਦੇਖੋ ਇੱਕ ਚੈਟ ਮੈਸੇਜ ਦੇਣਾ ਜਾਂ ਵਟਸਐਪ ਮੈਸੇਜਿਸ ਜਾਂ ਇਮੇਜਿਸ ਜਾਂ ਸਕਰੀਨਸ਼ੋਟ ਦੇਣੇ ਇਹ ਕੁਛ ਹੋਰ ਚੀਜ਼ ਹੈ, ਲੇਕਿਨ ਅਗਰ ਇਹ 2-3 ਸਵਾਲਾਂ ਤੋਂ ਪਤਾ ਲੱਗ ਜਾਂਦਾ ਹੈ, ਜਿਸ ਤਰ੍ਹਾਂ ਕਿ ਹਸਬੈਂਡ ਵਾਈਫ ਨੂੰ ਇੱਕ ਦੂਜੇ ਦੇ ਬਾਰੇ ਕਿੰਨੀ ਨੌਲੇਜ ਹੈ, ਅਗਰ ਹਸਬੈਂਡ ਨੂੰ ਨਿੱਕੀ ਨਿੱਕੀ ਗੱਲ ਦਾ ਪਤਾ ਹੈ ਕਿ ਕਿਹਦੇ ਨਾਲ ਗਏ, ਕਿਹੜੀ ਦਵਾਈ ਲਗਾਈ ਜੀ, ਕਿੰਨੀ ਦੂਰ ਹੈ, ਕਿੰਨੀ ਦੂਰ ਉਹ ਕੰਮ ਕਰਦੀ ਹੈ ਜੀ, ਕੌਣ ਉਹਦੀ ਦੋਸਤ ਸਹੇਲੀ ਦਾ ਨਾਮ ਕੀ ਹੈ ਜੀ ਫਲਾਨਾ, ਉਹਦੇ ਨਾਲ ਪਤਾ ਲੱਗਦਾ ਕਿ ਵੀ ਇਹਦੇ ਇਹ ਹਸਬੈਂਡ ਵਾਈਫ ਦੀ ਕਮਿਟਮੈਂਟ ਕਿੰਨੀ ਹੈ, ਆਪਸ 'ਚ ਕਲੋਜ਼ਨੈਸ ਕਿੰਨੀ ਹੈ। ਇਸ ਕਲੋਜ਼ਨੈਸ ਨੂੰ ਇੱਕ ਇਹ ਆਹ ਜਿਹੜੀ ਕਮਿਟਮੈਂਟ ਹੈ ਨਾ, ਕਲੋਜ਼ਨੈਸ ਹੈ, ਇੱਕ ਬਹੁਤ ਇੰਪੋਰਟੈਂਟ ਫੈਕਟਰ ਹੈ ਜੈਨੂਇਨਸ ਮੈਰਿਜ ਦਾ। ਲੋਕ ਇਹ ਸਮਝਦੇ ਨਹੀਂ ਕਿ ਵੀ ਆਪਾਂ ਗੱਲਬਾਤ ਕਰਦੇ ਹਾਂ ਲੇਕਿਨ ਮੈਨੂੰ ਵਾਈਫ ਦੀ ਨੌਲੇਜ ਲੈਣ ਦੀ ਲੋੜ ਹੀ ਕੀ ਹੈ, ਮੈਨੂੰ ਕੀ ਪਤਾ, ਮੈਂ ਵੀ ਡੋਂਟ ਕੇਅਰ। ਸੋ ਇਹ 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 ਬਹੁਤ ਚੈੱਕ ਕਰਦੇ ਕਿ ਤੁਹਾਨੂੰ ਨੌਲੇਜ ਕਿੰਨੀ ਹੈ। ਐਨੀਵੇ ਤੁਸੀਂ ਕੁਝ ਕਹਿ ਰਹੇ ਸੀ ਸਰ, ਉਹਨਾਂ ਨੇ ਹੋਰ ਕੁਐਸਚਨ ਪੁੱਛਿਆ ਸੀਗਾ ਵੀ ਤੇਰੀ ਵਾਈਫ ਹੁਣ ਲੇਟੈਸਟ ਵੀ ਡਾਕਟਰ ਕੋਲ ਕਦੋਂ ਗਈ ਸੀ ਐਡਮਿਟ ਵਗੈਰਾ। ਅੱਛਾ ਅੱਛਾ, ਹਾਂ ਉਹਦੇ ਵਿੱਚ ਮੈਂ ਕਨਫਿਊਜ਼ ਸੀਗਾ। ਮੈਂ ਕਿਹਾ ਹਾਂਜੀ ਉਹਨਾਂ ਦਾ ਫੈਮਿਲੀ ਡਾਕਟਰ ਇੱਦਾਂ ਇੱਦਾਂ, ਮੈਂ ਦੱਸਤਾ ਤੇ ਮੈਂ ਕਿਹਾ ਵੀ ਹਾਂਜੀ ਉਹ ਥੋੜ੍ਹੀ ਜਿਹੀ ਨਾ ਦੰਦ ਦੀ ਦਵਾਈ ਲੈਣ ਗਏ ਸੀ, ਇੱਦਾਂ ਹਿੰਦੀ 'ਚ ਗੱਲ ਕਰਦੀ ਸਰ ਉਹ ਮੇਰੇ ਨਾਲ, ਹਿੰਦੀ ਪੰਜਾਬੀ ਮਿਕਸ ਵੀ ਸੀ। ਕਹਿੰਦੇ ਫੈਮਿਲੀ ਡਾਕਟਰ ਕੋਲ ਤਾਂ ਜਾਂਦਾ ਨੀ ਬੰਦਾ ਡੈਂਟਿਸਟ ਦੀ ਦਵਾਈ ਲੈਣ, ਉਹ ਤਾਂ ਸਪੈਸ਼ਲ ਡੈਂਟਿਸਟ ਕੋਲ ਜਾਂਦਾ ਹੁੰਦਾ। ਹਾਂ ਮੈਂ ਕਿਹਾ ਉਹ ਤਾਂ ਸਿਰਫ ਪੇਨ ਕਿਲਰ ਹੀ ਲੈਣ ਗਏ ਸੀ, ਫਿਰ ਉਹਨਾਂ ਨੂੰ ਇੱਦਾਂ ਦੱਸਤਾ। ਕਹਿੰਦੇ ਠੀਕ ਆ ਓਕੇ। ਤੇ ਸਰ ਹੋਰ ਉਹਨਾਂ ਨੋਰਮਲੀ ਬਹੁਤ ਕੁਐਸਚਨ ਪੁੱਛੇ ਸੀ ਮੇਰੇ ਤੋਂ, ਇੱਕ ਦੋ ਫਲਿੱਪ ਹੋ ਰਹੇ ਨੇ, ਯਾਦ ਵੀ ਨਹੀਂ ਆ ਰਹੇ ਇੱਕ ਦੋ ਤਾਂ, ਬਾਕੀ ਬਹੁਤ ਹੋਰ ਚੈਟ ਲੈਤੀਆਂ ਸਰ ਉਹਨਾਂ ਨੇ। ਮੈਨੂੰ ਕਿਹਾ ਤੁਹਾਡੇ ਘਰ ਤੋਂ ਜਿਹੜੇ ਤੁਸੀਂ ਰਿਜ਼ੋਰਟ ਕਰਿਆ ਸੀਗਾ ਵਿਆਹ ਵਾਲਾ, ਉਹ ਕਿੰਨੇ ਕਿਲੋਮੀਟਰ ਤੋਂ ਦੂਰ ਆ, ਤੁਹਾਡੇ ਘਰ ਤੋਂ ਕਿੰਨੇ ਕਿਲੋਮੀਟਰ ਦੂਰ ਆ, ਉਹ ਸਰ ਮੈਂ ਦੱਸਦਾ ਸੀਗਾ। ਉਹਨਾਂ ਨੇ ਪੁੱਛਿਆ ਸਰ ਜਦੋਂ ਆਨੰਦ ਕਾਰਜ ਹੁੰਦੇ ਹੁੰਦੇ ਆਪਣੇ ਮਤਲਬ ਗੁਰਦੁਆਰੇ ਆਨੰਦ ਕਾਰਜ ਹੁੰਦੇ ਆ ਸਰ ਜਦੋਂ ਵੀ ਉੱਥੇ ਕਿੰਨੇ ਸਾਰੇ ਕਿੰਨੇ ਲੋਕ ਸੀ, ਤੁਹਾਡੇ ਵੀ ਉਹਨਾਂ ਦੇ ਵੀ ਕਿੰਨੇ ਸੀ ਸਾਰੇ ਟੋਟਲੀ ਲੋਕ ਸੀ। ਹਾਂ ਹਾਂ ਉਹ ਵੀ ਮੈਂ ਦੱਸਦਾ ਉਹ ਵੀ। ਤੇ ਉਸ ਤੋਂ ਬਾਅਦ ਸਰ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਡੀ ਵਾਈਫ ਕਿਉਂ ਨਹੀਂ ਆਈ ਹੈਗੀ ਇੰਟਰਵਿਊ ਦੇਣ ਤੁਹਾਡੇ ਨਾਲ ਕੈਨੇਡਾ ਕੋਈ। ਅੱਛਾ, ਤੁਹਾਡੀ ਵਾਈਫ ਇੰਡੀਆ ਕਿਉਂ ਨਹੀਂ ਆਈ ਇੰਟਰਵਿਊ ਤੁਹਾਡੇ ਨਾਲ? ਅੱਛਾ ਅੱਛਾ ਓਕੇ।
ਸਰ ਮੈਂ ਕਹਿਤਾ ਸੀ ਮੈਂ ਕਿਹਾ ਸਰ ਉਹ ਅੱਜ ਛੁੱਟੀ ਤੇ ਆ ਤੇ ਵੀ ਉੱਥੇ ਵੀ ਇੰਟਰਵਿਊ ਲਈ ਰੈਡੀ ਆ ਫੋਨ ਕਾਲ ਤੇ ਕਰ ਸਕਦੀ ਹੈ ਇੰਟਰਵਿਊ ਜ਼ਰੂਰੀ ਨਹੀਂ ਹੈਗਾ ਇੱਥੇ ਉਹ ਕਹਿੰਦੇ ਚਲੋ ਠੀਕ ਆ ਉਹਨਾਂ ਨੇ ਇਹ ਕੁਐਸਚਨ ਜ਼ਿਆਦਾ ਲੰਬਾ ਨਹੀਂ ਲੈ ਕੇ ਉਹ ਕਹਿੰਦੇ ਠੀਕ ਆ ਓਕੇ ਉਹ ਫਿਰ ਮੈਨੂੰ ਕਹਿੰਦੇ ਵੀ ਤੇਰੀ ਵਾਈਫ ਦਾ ਨੰਬਰ ਦੇ ਮੈਨੂੰ ਉਹ ਫਿਰ ਮੈਂ ਉਹਨਾਂ ਨੂੰ ਨੰਬਰ ਦਿੱਤਾ ਸਰ ਤੇ ਉਹਨਾਂ ਨੇ ਲੈਂਡਲਾਈਨ ਤੋਂ ਫੋਨ ਲਾਇਆ ਵਾਈਫ ਨੂੰ ਨਾਲ ਦੀ ਨਾਲ ਉਹਨਾਂ ਨੇ ਗੱਲ ਕਰੀ ਤੇ ਉਹਨਾਂ ਨੇ ਜਿਹੜੇ ਮੇਰੇ ਤੋਂ ਕੁਐਸਚਨ ਪੁੱਛੇ ਸੀ ਉਹ ਮੈਨੂੰ ਕਹਿੰਦੇ ਜਦੋਂ ਫੋਨ ਲਾਇਆ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਨਹੀਂ ਬੋਲਣਾ ਹੁਣ ਤੁਸੀਂ ਸਿਰਫ ਸੁਣਨਾ ਗਾ ਤੁਹਾਡੀ ਵਾਈਫ ਨਾਲ ਕੀ ਗੱਲ ਕਰ ਰਹੇ ਫਿਰ ਸਰ ਉਹਨਾਂ ਨੇ ਜਿਹੜੇ ਕੁਐਸਚਨ ਮੇਰੇ ਤੋਂ ਪੁੱਛੇ ਸੀ ਉਹੀ ਮੇਰੀ ਵਾਈਫ ਤੋਂ ਪੁੱਛੇ ਸੀ ਕਦੋਂ ਤੁਸੀਂ ਵੈਕਸੀਨ ਲਵਾਈ ਆ ਕਦੋਂ ਤੁਸੀਂ ਤੁਹਾਡੇ ਮਾਮਾ ਕਿੰਨੇ ਆ ਵੀ ਕੀ ਕਰਦੇ ਆ ਜਿੱਦਾਂ ਜਿੱਦਾਂ ਮੇਰੇ ਤੋਂ ਪੁੱਛਿਆ ਸੀ ਤੇ ਸਰ ਪਤਾ ਨੀ ਕਿਵੇਂ ਉੱਥੇ ਵੀ ਵਾਹਿਗੁਰੂ ਨੇ ਇੰਨਾ ਸਾਥ ਦਿੱਤਾ ਕਹਿੰਦਾ ਵਾਹਿਗੁਰੂ ਚਲੀ ਗਿਆ ਮੇਰੀ ਵਾਈਫ ਨੇ ਵੀ ਜਮਾ ਸੇਮ ਡਿਟੋ ਆਨਸਰ ਜਿਹੜੇ ਮੈਂ ਦਿੱਤੇ ਸੀ ਉਹਨਾਂ ਨੇ ਵੀ 20 ਚੋਂ 18 19 ਟੋਟਲੀ ਸਾਰੇ ਮੇਰੇ ਵਾਲੇ ਹੀ ਆਨਸਰ ਦਿੱਤੇ ਉਹਨਾਂ ਨੇ ਇੱਕ ਸੈਕਿੰਡ ਹੋਲਡ ਕਰਨਾ ਜਰਾ ਮੇਰੇ ਗੇਟ ਤੇ ਨਾ ਉਹ ਐਮਾਜ਼ਨ ਡਿਲੀਵਰੀ ਆਈ ਹੋਲਡ ਕਰ ਜਾ ਜਰਾ ਇੱਕ ਸੈਕਿੰਡ ਹੈ ਓਕੇ ਇੱਕ ਸੈਕਿੰਡ ਹੋਲਡ ਕਰ ਜਾ ਉਹ ਜਰਾ ਇੱਕ ਬਸ ਜੀ 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 ਹਾਂ ਜੀ ਹਾਂ ਕਿਵੇਂ ਫਿਰ ਉਹੀ ਸੇਮ ਕੁਐਸਚਨ ਆਨਸਰ ਨੇ ਉਹਦਾ ਹੀ ਦਿੱਤਾ ਹਾਂਜੀ ਸੇਮ ਉਹਨਾਂ ਨੇ ਵੀ ਉਹੀ ਦਿੱਤੋ ਜਮਾ ਕਾਪੀ ਮੇਰੇ ਵਾਲੇ ਆਨਸਰ ਹੀ ਦਿੱਤੇ ਆ ਜਿੱਦਾਂ ਮੈਂ ਦਿੱਤੇ ਸੀ ਉਹਨਾਂ ਨੇ ਵੀ ਉਹੀ ਦਿੱਤੇ ਆ ਸੇਮ ਜੇ ਸਰ ਉਹਨਾਂ ਨੇ ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਦੀ 5-7 ਮਿੰਟ ਉਹਨਾਂ ਨਾਲ ਗੱਲ ਕਰੀ ਸਰ ਫੋਨ ਤੇ ਉਹਨਾਂ ਨੇ ਉਸ ਤੋਂ ਬਾਅਦ ਜਦੋਂ ਉਹਨਾਂ ਨਾਲ ਫੋਨ ਕਾਲ ਹੋ ਗਈ ਉਸ ਤੋਂ ਬਾਅਦ ਮੈਨੂੰ ਕਹਿੰਦੇ ਵੀ ਤੂੰ ਕੁਛ ਬੋਲਣਾ ਚਾਹੁੰਦਾ ਆਪਦੇ ਲਈ ਮੈਂ ਕਿਹਾ ਸਰ ਤੁਸੀਂ ਕੁਛ ਵੀ ਪੁੱਛ ਲਓ ਮੈਂ ਦੱਸ ਦੂੰਗਾ ਮਤਲਬ ਉਸ ਤੋਂ ਬਾਅਦ ਮੈਂ ਕਿਹਾ ਸਰ ਪ੍ਰੂਫ ਕੋਈ ਵੀ ਲੈ ਲਓ ਮੇਰੇ ਕੋਲ ਪੈਸੇ ਵਾਲੇ ਸਾਰੇ ਫੋਟੋਆਂ ਕੋਈ ਵੀ ਹੋਰ ਵਿਆਹ ਤੋਂ ਬਾਅਦ ਵਾਲੇ ਮੇਰੇ ਕੋਲ ਸਾਰੇ ਪ੍ਰੂਫ ਆ ਤੇ ਉਹ ਕਹਿੰਦੇ ਨਹੀਂ ਮੈਂ ਕੋਈ ਪ੍ਰੂਫ ਨਹੀਂ ਲੈਣਾ ਹੈਗਾ ਉਹਨਾਂ ਨੇ ਸਿਰਫ ਹੋਣ ਵਾਲੀਆਂ ਫੋਟੋ ਦੇ ਰੱਖੀਆਂ ਸਰ ਜਿਹੜੀਆਂ ਅਸੀਂ ਘੁੰਮਣ ਗਏ ਸੀ ਠੀਕ ਹੈ ਮੇਰੇ ਖਿਆਲ ਹੈ ਤੁਹਾਡੇ ਜਿਹੜੇ ਉਹ ਜਵਾਬ ਰਲ ਗਏ ਸਾਰੇ ਨਾ ਉਹ ਸੇਮ ਟੂ ਸੇਮ ਆ ਗਏ ਉਹਦੇ ਨਾਲ ਤੁਹਾਨੂੰ ਕਾਫੀ ਬੂਸਟਰ ਮਿਲ ਗਿਆ ਹਾਂਜੀ ਤੇ ਸਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸਰ ਲਾਸਟ ਤੇ ਮੈਂ ਕਿਹਾ ਸਰ ਪੀਸੀਸੀ ਲੈ ਲਓ ਸਰ ਵੀ ਪੁਲਿਸ ਕਲੀਅਰ ਹੈ ਸਰਟੀਫਿਕੇਟ ਜੋ ਮੇਰੀ ਐਕਸਪਾਇਰ ਹੋਈ ਹੈ ਡੇਟ ਇਦਾਂ ਉਹ ਕਹਿੰਦੇ ਨਹੀਂ ਥੈਂਕ ਯੂ ਵੀ ਕਹਿੰਦੇ ਜੇ ਲੋੜ ਹੋਈ ਅਸੀਂ ਮੰਗ ਲਾਂਗੇ ਕਹਿੰਦਾ ਮੈਂ ਤੁਹਾਡੀ ਫਾਈਲ ਤੇ ਦੁਬਾਰੇ ਸਾਰਾ ਦੇਖ ਕੇ ਫਿਰ ਮੈਂ ਤੁਹਾਨੂੰ ਆਨਸਰ ਦਊਂਗਾ ਕਹਿੰਦਾ ਨਾਉ ਯੂ ਕੈਨ ਗੋ ਐਂਡ ਥੈਂਕ ਯੂ ਅੱਛਾ ਅੱਛਾ ਫਿਰ ਪਾਸਪੋਰਟ ਰਿਕੁਐਸਟ ਕਦੋਂ ਭੇਜੀ ਉਹਨਾਂ ਨੇ ਪਰ ਉਹਨਾਂ ਨੇ 2 ਦਿਨਾਂ ਬਾਅਦ ਹੀ ਇੰਟਰਵਿਊ ਤੇ 2 ਦਿਨਾਂ ਬਾਅਦ ਹੀ ਆਨਲਾਈਨ ਅਪਡੇਟ ਕਰਤਾ ਸੀਗਾ ਬੈਕਗ੍ਰਾਉਂਡ ਵੈਰੀਫਿਕੇਸ਼ਨ ਸਾਡਾ ਰਹਿੰਦਾ ਸੀਗਾ ਉਹ ਉਹਨਾਂ ਨੇ ਕੰਪਲੀਟ ਕਰਤਾ ਸੀ ਮਤਲਬ ਸਾਰਾ ਕੁਝ ਪਾਸਪੋਰਟ ਰਿਕੁਐਸਟ ਸਰ ਮੈਨੂੰ ਕੱਲ ਆਈ ਹੈ ਹਾਂ 9 ਤਰੀਕ ਦੀ ਇੰਟਰਵਿਊ ਸੀ ਸਰ 2 ਵੀਕਾਂ ਬਾਅਦ ਆਈ ਹੈ ਮਤਲਬ ਜੀ 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 ਚਲੋ ਬਸ ਹੁੰਦੇ ਬਹੁਤ 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 ਵਧਾਈਆਂ ਤੁਹਾਨੂੰ ਵੀ ਪਾਸਪੋਰਟ ਰਿਕੁਐਸਟ ਆ ਗਈ ਪਾਸਪੋਰਟ ਵਾਓ ਤੇ ਹਫਤੇ 10 ਦਿਨ ਦਾ ਅੰਦਰ ਵੀਜ਼ਾ ਵੀ ਆ ਜਾਏਗਾ ਹਾਂਜੀ ਸਰ ਉੱਥੇ ਜਿਹੜੇ ਬਾਹਰੇ ਖੜੇ ਹੁੰਦੇ ਆ ਇੰਟਰਵਿਊ ਦੇਣ ਵਾਲੇ ਤੇ ਜਿਹੜੀ ਵੇਟ ਕਰਦੇ ਹੁੰਦੇ ਆ ਉਹ ਸਾਰੇ ਆਪਣੇ ਜਿਹੜੇ ਪੰਜਾਬੀ ਆ ਖਾਸ ਕਰਕੇ ਉਹ ਪਤਾ ਕੀ ਕਰਦੇ ਆ ਸਰ ਜਿਹੜਾ ਵੀ ਇੰਟਰਵਿਊ ਦੇ ਕੇ ਆਉਂਦਾ ਬਾਹਰ ਉਹਨੂੰ ਕੀ ਪੁੱਛਿਆ ਸੀ ਜੀ ਤੁਹਾਨੂੰ ਕੀ ਪੁੱਛਿਆ ਸੀ ਉਹ ਆ ਤਾਂ ਮੈਂ ਕਰੀ ਨਹੀਂ ਆ ਮੈਂ ਕੀ ਪੁੱਛਿਆ ਸੀ ਸਰ ਇਹਦੇ ਨਾਲ ਉਹ ਬਾਹਲਾ ਕੰਫਿਊਜ਼ ਹੋ ਜਾਂਦੇ ਆ ਫਿਰ ਬੰਦੇ ਇੰਟਰਵਿਊ ਦੇਣ ਜਾਂਦੇ ਆ ਸਰ ਮੈਂ ਤਾਂ ਸਿੱਧੂ ਮੂਸੇਵਾਲ ਦੇ ਗਾਣੇ ਸੁਣ ਰਿਹਾ ਸੀਗਾ ਇੰਟਰਵਿਊ ਤੋਂ ਪਹਿਲਾਂ ਅੱਛਾ 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 ਜਮਾ ਫ੍ਰੀ ਟੈਨਸ਼ਨ ਹੋ ਕੇ ਇੰਟਰਵਿਊ ਦਿੱਤੀ ਆ ਸਰ ਮੈਂ ਜਦੋਂ ਇੰਟਰਵਿਊ ਕਲੀਅਰ ਹੋ ਗਈ ਮੈਂ ਸਰ ਉਹਨਾਂ ਨੂੰ ਕਹੀ ਮੇਰਾ ਐਂ ਦਿਲ ਕਰੇ ਵੀ ਮੇਰੇ ਤੋਂ ਹੋਰ ਪੁੱਛਣ ਇਹ ਸਵਾਲ ਕੁਐਸਚਨ ਮੇਰੇ ਤੋਂ ਹੋਰ ਕਰਨ ਵੀ ਮੈਨੂੰ ਹੋਰ ਆਨਸਰ ਦੇਣਾ ਕੁਐਸਚਨ ਕਰਨ ਤੇ ਸਰ ਉੱਥੇ ਮੈਨੂੰ ਲੱਗਦਾ ਮੇਰਾ 1.5 ਘੰਟਾ ਇੰਟਰਵਿਊ ਦਾ ਲੱਗਿਆ ਹੋਊ ਤੇ ਉਹ 1.5 ਘੰਟਾ ਦਾ ਸਰ 1 ਮਿੰਟ ਦੇ ਬਰਾਬਰ ਹੁੰਦਾ ਹੀ ਨਹੀਂ ਪਤਾ ਕਦੋਂ ਲੱਗ ਜਾਂਦਾ ਵਧੀਆ ਮਤਲਬ ਤੁਸੀਂ ਇੰਟਰਵਿਊ ਇੰਜੋਏ ਕਰਕੇ ਦੇਖ ਕੇ ਆਏ ਹੋ ਤੁਸੀਂ ਇਦਾਂ ਗੱਲਬਾਤ ਜਿਵੇਂ ਇੱਕ ਨਾਰਮਲੀ ਗੱਲਬਾਤ ਚੱਲਦੀ ਹੈ ਜਿਸ ਤਰ੍ਹਾਂ ਜਿਵੇਂ ਟ੍ਰੇਨ 'ਚ ਬੈਠੇ ਆ ਆਪਸ ਇੱਕ ਦੂਜੇ ਨਾਲ ਸਵਾਲ ਪੁੱਛਦੇ ਉਸ ਤਰ੍ਹਾਂ ਇੰਟਰਵਿਊ ਇਹੀ ਸੀਕ੍ਰੇਟ ਹੈ ਇੰਟਰਵਿਊ ਦਾ ਐਕਚੁਅਲੀ ਇੰਟਰਪ੍ਰੇਟਰ ਮੈਨੂੰ ਕਹਿੰਦਾ ਮੈਂ ਅੱਜ ਤੱਕ ਹੀ ਕਹਿੰਦਾ ਮੈਨੂੰ ਬਹੁਤ ਸਾਲ ਹੋ ਗਏ ਵੀ ਇੰਟਰਵਿਊ ਦਿਵਾਉਂਦੇ ਨੇ ਤਾਂ ਇੰਨਾ ਕੌਨਫੀਡੈਂਸ ਵਾਲਾ ਕੋਈ ਬੰਦਾ ਦੇਖਿਆ ਨਹੀਂ ਹੈਗਾ ਵੀ ਇੰਨੀ ਕੌਨਫੀਡੈਂਸ ਨਾਲ ਇੰਟਰਵਿਊ ਦਿੰਦਾ ਹੋਵੇ ਬਹੁਤ ਬਹੁਤ ਤੁਹਾਨੂੰ ਤੁਸੀਂ ਬਹੁਤ ਹੈਲਪ ਕਰੀ ਹੈ ਸਰ ਤੁਹਾਡੀ ਵੀਡੀਓਜ਼ ਨੇ ਬਹੁਤ ਜ਼ਿਆਦਾ ਹੈਲਪ ਕਰੀ ਅੱਛਾ 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 ਚਲੋ ਬਹੁਤ ਬਹੁਤ ਥੈਂਕ ਯੂ ਤੁਹਾਡਾ ਵੀ ਜਿਹੜਾ ਤੁਸੀਂ ਵੀਡੀਓ ਤੇ ਵੀਡੀਓ ਵੇਖ ਲਈ ਹੈ ਤੇ ਕੁਝ ਸਿੱਖਣ ਨੂੰ ਮਿਲਿਆ ਇਸ ਵੀਡੀਓ ਜਿਹੜੀ ਇੰਟਰਵਿਊ ਆਉਂਦੀ ਹੈ ਮੈਂ ਤਾਂ ਕਹਿਣਾ ਹਰ ਇੱਕ ਨੂੰ ਤੁਹਾਡੀ ਵੀਡੀਓ ਦੇਖਣੀ ਚਾਹੀਦੀ ਹੈ ਤੁਹਾਡੇ ਨਾਲ ਕੰਟੈਕਟ ਕਰਨਾ ਚਾਹੀਦਾ
ਜੋ ਵੀਡੀਓਜ਼ ਦੇਖਣੀ ਚਾਹੀਦੀ ਆ ਬਹੁਤ ਵਧੀਆ ਜੀ ਹੈਲਪਫੁਲ ਆ ਤੁਹਾਡੀਆਂ ਵੀਡੀਓਜ਼ ਬਹੁਤ ਜ਼ਿਆਦਾ ਜੀ ਸਾਡੇ ਕੋਲ ਇਸ ਵਕਤ ਕੇਸਿਸ ਬਹੁਤ ਹੈ ਇਸ ਵਕਤ ਜਿਹੜੇ ਇੰਟਰਵਿਊ ਵਾਲੇ ਸੋ ਫਾਈਲ ਭਾਵੇਂ ਤੁਸੀਂ ਜਿਹੜੇ ਮਰਜ਼ੀ ਕੰਸਲਟੈਂਟ ਤੋਂ ਲਗਵਾਓ ਜਾਂ ਲਾਇਰ ਤੋਂ ਲਗਵਾਓ ਕੈਨੇਡਾ ਹੋ ਪੰਜਾਬ ਹੋ ਲੇਕਿਨ ਮੇਰੇ ਕੋਲ ਇੱਕ ਕੇਸ ਰੀਸੈਂਟਲੀ ਹੈ ਕੇਸ ਜਿਹੜਾ ਮੈਨੂੰ ਇਹ ਪਤਾ ਹੈ ਕਿ ਅਗਰ ਉਹਨਾਂ ਨੇ ਇੰਟਰਵਿਊ ਦੀ ਤਿਆਰੀ ਨਹੀਂ ਕੀਤੀ ਕਿਸੇ ਤੋਂ ਨਹੀਂ ਕਰਾਈ ਮਤਲਬ ਮੇਰੇ ਤੋਂ ਨਹੀਂ ਕਿਸੇ ਤੋਂ ਨਹੀਂ ਕਰਾਈ ਆਪਣੇ ਆਪ ਹੀ ਚਲੇ ਗਏ ਅਤੇ ਬਹੁਤ ਹੀ ਸੀਰੀਅਸ ਮਿਸਟੇਕ ਕਰਕੇ ਆ ਗਏ ਅਤੇ ਮਤਲਬ ਜਵਾਬ ਕੁਛ ਹੋਰ ਦੇਣਾ ਸੀ ਜਵਾਬ ਕੁਛ ਹੋਰ ਦੇ ਆਏ ਅਤੇ ਅੱਜ ਉਹਨਾਂ ਨੂੰ ਨਾ ਕੇਵਲ ਰਿਫਿਊਜ਼ਲ ਹੈ ਬਲ ਇਨਫੈਕਟ ਮਿਸ ਰਿਪ੍ਰੈਜੈਂਟੇਸ਼ਨ ਵੀ ਲੱਗ ਗਈ ਹੈ ਸੋ ਇਸ ਤਰ੍ਹਾਂ ਦੇ ਉਹ ਮਤਲਬ ਉਹਨਾਂ ਦੇ ਗਲਤ ਹੋ ਗਏ ਮੈਨੂੰ ਇਹ ਪਤਾ ਹੈ ਕਿ ਅਗਰ ਉਹ ਡੈਫੀਨੇਟਲੀ ਇੰਟਰਵਿਊ ਦੀ ਤਿਆਰੀ ਕਰਕੇ ਜਾਂਦੇ ਅਤੇ ਅੱਜ ਉਹਨਾਂ ਨੂੰ ਉਹ ਦਿਨ ਦੇਖਣ ਨੂੰ ਨਹੀਂ ਮਿਲਦਾ ਸੋ ਜਿਹੜਾ ਪੇਪਰ ਚ ਤੁਸੀਂ ਆਪਣੀ ਕਹਾਣੀ ਲਿਖੀ ਹੈ ਲਵ ਸਟੋਰੀ ਲਿਖੀ ਹੈ ਰੋਮਾਂਸ ਲਿਖਿਆ ਜੋ ਵੀ ਕੁਝ ਲਿਖਿਆ ਉਹ ਤੇ ਇੱਕ ਵਨ ਸਾਈਡਡ ਇਸ਼ੂ ਹੈ ਨਾ ਕੋਈ ਪੜ ਕੇ ਕਿਵੇਂ ਉਹਨੂੰ ਅਸੈਸ ਕਰ ਰਿਹਾ ਹੈ ਲੇਕਿਨ ਇੰਟਰਵਿਊ ਦੇ ਟਾਈਮ ਤੁਸੀਂ ਆਪਣੀ ਗੱਲ ਇਮੋਸ਼ਨ ਰਾਹੀਂ ਤੁਸੀਂ ਰੱਖ ਸਕਦੇ ਹੋ ਹਾਂਜੀ ਜ਼ਰੂਰ ਸਰ ਇੱਕ ਬਹੁਤ ਬਹੁਤ ਵੱਡਾ ਫੈਕਟਰ ਹੈ ਮੈਂ ਤਾਂ ਚਾਹੁੰਦਾ ਕਿ ਮੇਰੇ ਸਾਰੇ ਕਲਾਇੰਟਾਂ ਦੇ ਇੰਟਰਵਿਊ ਆਏ ਮੈਂ ਤਾਂ ਮਹਿਲਾ ਮਤਲਬ ਕਿ ਜਿਹਨਾਂ ਨੂੰ ਮੈਂ ਅਪਲਾਈ ਕਰਦਾ ਅਤੇ ਮੇਰੀ ਤਾਂ ਇਹ ਰਿਕੁਐਸਟ ਹੁੰਦੀ ਕਿ ਤੁਸੀਂ ਸਾਨੂੰ ਬੁਲਾਓ ਤਾਂ ਸਹੀ ਇੰਟਰਵਿਊ ਲਈ ਅਸੀਂ ਤਾਂ ਇੰਟਰਵਿਊ ਲਈ ਤਿਆਰ ਹਾਂ ਸਰ ਉਹ ਪਹਿਲਾਂ ਡਰਾਉਂਦੇ ਵੀ ਆ ਸ਼ੁਰੂ ਤੋਂ ਇੱਕ ਵਾਰ ਹਰ ਇੱਕ ਬੰਦੇ ਨੂੰ ਡਰਾਉਂਦੇ ਆ ਉਹ ਜਿੰਨੇ ਮੈਂ ਉੱਥੇ ਦੇਖੇ ਸੀ ਉਹ ਡਰਾਉਂਦੇ ਆ ਇੱਦਾਂ ਕਹਿੰਦੇ ਹਰ ਇੱਕ ਬੰਦੇ ਨੂੰ ਵੀ ਮੈਂ ਤੈਨੂੰ ਰਿਫਿਊਜ਼ ਕਰ ਦੂੰਗਾ ਹਾਂ ਇੱਦਾਂ ਇੱਦਾਂ ਸਟਾਰਟਿੰਗ ਤੇ ਜਾਣ ਕੇ ਵੀ ਬੰਦਾ ਘਬਰਾ ਆ ਜਾਏ ਇੱਦਾਂ ਇੱਦਾਂ ਤੁਸੀਂ ਕਾਲ ਕੀਤਾ ਤੇ ਥੈਂਕਫੁਲ ਫੋਰ ਯੂ ਤੇ 10-15 ਦਿਨ ਬਾਅਦ ਤੁਹਾਡੇ ਕੋਲ ਸਾਰਾ ਉਹ ਆ ਜਾਏਗੀ ਵੀਜ਼ਾ ਵੂਜ਼ਾ ਤੇ ਤੁਸੀਂ ਆਪਣੀ ਜਾਣ ਦੀ ਤਿਆਰੀ ਕਰੋ ਕੈਨੇਡਾ ਹਾਂਜੀ ਸਰ ਥੈਂਕ ਯੂ ਠੀਕ ਹੈ ਜੀ Thank you very much. Thank you very much. Okay, sir. Thank you. Sat Sri Akal.